ਹਾਂ ਸਰ ਕੀਮਤੀ ਲਾਤਰੀ ਬੋਲ ਰਹੇ ਹਾਂ ਜੀ ਹਾਂ ਕੀ ਮੈਟਰ ਹੈ ਜੀ ਮੈਟਰ ਹੈ ਜੀ ਮੁੰਡਾ ਸਾਡਾ ਗਿਆ ਸੀ ਕਿਤੇ ਕੰਮ ਬੈਂਕ 'ਚ ਪੈਸੇ ਲੈਣ ਗਿਆ ਸੀਗਾ ਤੇ ਇਹਨਾਂ ਨੂੰ ਗੋਲੀ ਮਾਰਤੀ ਰਸਤੇ ਜੀਵਨ ਨਗਰ ਚੌਂਕ ਦੇ ਵਿੱਚ ਪਤਾ ਲੱਗਿਆ ਜੀ ਕਿਹਨਾਂ ਵੱਲੋਂ ਗੋਲੀ ਮਾਰੀ ਹੈ ਨਹੀਂ ਸਰ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਅੱਛਾ ਜੀ ਤੇ ਮੈਂ ਸਰ ਫਿਰ ਇਹਨਾਂ ਨੂੰ ਮੈਂ ਸੀ ਮੇਰੇ ਡਰਾਈਵਰ ਸਾਹਿਬ ਸੀ ਨਾਲ ਆਪਾਂ ਇਹਨਾਂ ਨੂੰ ਸੇਠੀ ਆਈਸਕ੍ਰੀਮ ਦੇ ਮੋਰਿਓਂ ਚੱਕ ਕੇ ਇੱਥੇ ਫੋਟੀ ਹਸਪੀਟਲ ਲੈ ਕੇ ਆਏ ਆ ਔਰ ਹੁਣ ਟੈਂਟੇਬਲੀ ਤੁਸੀਂ ਮੰਨੋਗੇ ਤੇ ਪੌਣੇ ਕੇ 5 ਵਜੇ ਆਪਾਂ ਐਡਮਿਟ ਕਰਵਾਤੇ ਸੀ ਲੈ ਕੇ ਇੱਥੇ ਤੇ ਐਜ਼ ਹੁਣ ਟੁਡੇ ਤੁਸੀਂ ਦੇਖੋ ਟਾਈਮ ਕੀ ਹੋਇਆ ਮੇਰੇ ਕੋਲ 8:30 ਵਜੇ ਹੋਣੇ ਆ ਹੁਣ ਤੱਕ ਇਸ ਹਸਪੀਟਲ ਦੇ ਵਿੱਚ ਸਰਜਨ ਡਾਕਟਰ ਨਹੀਂ ਹੈਗਾ ਉਹ ਮੈਂ ਛੋਟੇ ਡਾਕਟਰ ਨੂੰ ਜਿੰਨੇ ਵੀ ਮਿਲਦੇ ਪਏ ਉਹਨਾਂ ਨੂੰ ਕਿਹਾ ਹੈ ਕਿ ਭਾਈ ਸਾਹਿਬ ਸਾਡੇ ਮੁੰਡੇ ਦਾ ਗੋਲੀ ਬਾਹਰ ਕੱਢਣੀ ਹਲੇ ਤੇ ਗੋਲੀ ਬਾਹਰ ਕੱਢੀ ਨਹੀਂ ਇਹਨਾਂ ਨੇ ਤੇ 11ਵੀਂ ਫੈਲ ਸਕਦਾ ਜੀ ਇੰਨੇ ਘੰਟੇ ਦੇ ਉਹ ਮੈਂ ਉਹਨਾਂ ਨੂੰ ਕਿਹਾ 11ਵੀਂ ਫੈਲ ਸਕਦਾ ਕਹਿੰਦੇ ਨਹੀਂ ਗੋਲੀ ਉੱਪਰ ਹੀ ਆ ਉੱਪਰ ਹੀ ਆ ਮੈਂ ਕਹਿੰਦਾ ਤੁਸੀਂ ਦੱਸ ਰਹੇ ਹੋ ਉੱਪਰ ਸਾਨੂੰ ਕੀ ਪਤਾ ਕਿਹੜੇ ਡਾਕਟਰ ਨੇ ਕਹੀ ਇੰਨੀ ਗੱਲ ਵੀ ਗੋਲੀ ਉੱਪਰ ਹੈ ਮੈਨੂੰ ਡਾਕਟਰ ਦਾ ਨਾਮ ਨਹੀਂ ਪਤਾ ਜੀ ਅੰਦਰ ਹੀ ਖੜੇ ਆ ਉਹ ਤੇ ਅਸੀਂ ਪੌਣੇ 5 ਵਜੇ ਦੀ ਐਂਟਰੀ ਕੀਤੀ ਪਈ ਹੈ ਹੁਣ ਤੱਕ ਸਰਜਨ ਡਾਕਟਰ ਨਹੀਂ ਆਇਆ 4 ਵਜੇ ਦੀ ਗੋਲੀ ਲੱਗੀ ਅਜੇ ਤੱਕ ਗੋਲੀ ਕੱਢੀ ਨਹੀਂ ਹੈ ਕੋਈ ਗੋਲੀ ਨਹੀਂ ਕੱਢੀ ਜੀ ਇਹਨਾਂ ਨੇ ਬਸ ECG ਕਰਤੀ ਹੈ ਬਾਕੀ ਉਹ ਆਪਣੇ ਜਿਹੜੇ ਵੀ ਹੇਅਰਸ ਵਗੈਰਾ ਮੁੰਡੇ ਦੇ ਸੀ ਉਹ ਕਟਿੰਗ ਕਰਤੀ ਹੈ ਉਹਨਾਂ ਦੀ ਬਾਕੀ ਹੋਰ ਕੁਝ ਨਹੀਂ ਕੀਤਾ ਕਿ ਟੀਕਾ ਲਗਾਇਆ ਹੈ ਸਰ ਕੋਈ ਕੈਸ਼ ਵਗੈਰਾ ਵੀ ਲੁੱਟਿਆ ਗਿਆ ਮੁੰਡੇ ਕੋਲੋਂ ਹਾਂ ਸਰ ਕੈਸ਼ ਲੁੱਟਿਆ ਗਿਆ ਜੀ ਕਿੰਨਾ ਕੈਸ਼ ਸੀ ਪਤਾ ਲੱਗਿਆ ਕੈਸ਼ 3 ਲੱਖ ਰੁਪਏ ਸੀ ਸ਼ਾਇਦ 3 ਲੱਖ ਮੈਨੂੰ ਇੰਨਾ ਗੋਮ ਨਹੀਂ ਲੱਗਾ 3 ਲੱਖ ਕਹਿ ਰਹੇ ਮੈਂ ਲਈ ਕਿਹੜੀ ਜਗ੍ਹਾ ਹੋਇਆ ਸੀ ਵਾਕਿਆ ਜੀ ਜੀਵਨ ਨਗਰ ਚੌਂਕ ਦੇ ਵਿੱਚ ਜੀਵਨ ਨਗਰ ਚੌਂਕ ਹਾਂ ਥਾਣਾ ਕਿਹੜਾ ਲੱਗਾ ਥਾਣਾ ਜੀਵਨ ਨਗਰ ਚੌਂਕ ਜੀ ਥਾਣਾ ਹੀ ਹੈ ਫੋਕਲ ਪੁਆਇੰਟ ਦਾ ਥਾਣਾ ਕੀ ਮੰਗ ਕਰਦੇ ਹੋ ਡਾਕਟਰ ਨੇ ਵੀ ਇੰਨੀ ਢਿੱਲੀ ਕਾਰਵਾਈ ਜਿਹਾ ਕਰ ਰਹੇ ਅਸੀਂ ਮੰਗ ਇਹ ਕਰਦੇ ਹਾਂ ਜੀ ਕਿ ਹਸਪੀਟਲ ਦਾ ਨਾਮ ਐਡਾ ਉੱਚਾ ਆਇਆ ਇਹਦਾ 40 ਹਸਪੀਟਲ ਹੈ ਪੂਰੇ ਇੰਟਰਨੈਸ਼ਨਲ ਲੈਵਲ ਦਾ ਹਸਪੀਟਲ ਹੈ ਜਿਸ ਹਸਪੀਟਲ ਵਿੱਚ ਇੰਨਾ ਸੀਰੀਅਸ ਪੇਸ਼ੈਂਟ ਦੇ ਲਈ ਇੱਕ ਡਾਕਟਰ ਨਹੀਂ ਅਵੇਲੇਬਲ ਨਹੀਂ ਹੈਗਾ ਤੇ ਆਪਾਂ ਉਸ ਹਸਪੀਟਲ ਨੂੰ ਕੀ ਕਰਨਾ ਹੈ ਨਾਮ ਘੋੜਾ ਚਾਹੀਦਾ ਸਾਨੂੰ ਸਰ ਕੋਈ ਸੀਸੀ ਕੈਮਰੇ ਰਿਕਾਰਡਿੰਗ ਆਈ ਤੁਹਾਡੇ ਕੋਲ ਕੋਈ ਕੈਮਰੇ ਸਰ ਲੱਗੇ ਹੋਏ ਆ ਸਾਰੀ ਪੁਲਿਸ ਵੀ ਜਿੱਤੇ ਗੋਲੀ ਵਾਰ ਦਾ ਕੋਈ ਆ ਤੇ ਗੋਲੀ ਤੇ ਵਾਰ ਦਾ ਤੇ ਰੱਖ ਲੋ ਕੋ ਸਰ ਹਾਲੀ ਤੱਕ ਮੇਰੇ ਕੋਲ ਤਾਂ ਕੁਝ ਨਹੀਂ ਆਇਆ ਜੀ ਬਾਕੀ ਜਿਹੜੇ ਅਫੀਸਰਸ ਹੈਗੇ ਆ ਸਾਰੇ ਪੁਲਿਸ ਵਾਲੇ ਆ ਸਾਰੇ ਚੈਕਿੰਗ ਤੇ ਲੱਗੇ ਹੋਏ ਆ ਸਾਰਾ ਕੁਝ ਹੈ ਇਨਸਾਈਡ ਹਸਪੀਟਲ ਦੇ ਵੀ ਹੈਗੇ ਆ ਇਸ ਮਾਮਲੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਹਾਂ ਹਾਂ ਨਹੀਂ ਐਸਾ ਤਾਂ ਕੁਝ ਨਹੀਂ ਹੈ ਜੀ ਮੈਨੂੰ ਨਜ਼ਰ ਆਇਆ ਦੇ ਆਰ ਔਨ ਡਿਊਟੀ ਐਂਡ ਇਨਸਾਈਡ ਆਲਸੋ ਇਨਸਾਈਡ ਦਾ ਹਸਪੀਟਲ ਤੇ ਉਹ ਆਪਣਾ ਕੰਮ ਕਰਦੇ ਪਏ ਆ ਹਸਪੀਟਲ ਦੀ ਟੇਲ ਬਜਾਰੀ ਨਜ਼ਰ ਆ ਰਹੀ ਹੈ ਹਸਪੀਟਲ ਦੀ 100% ਟੇਲ ਬਜਾਰੀ ਉਹ ਮੈਨੂੰ ਰੀਜ਼ਨ ਨਹੀਂ ਪਤਾ ਕੀ ਹੈਗਾ ਬਟ ਇਸ ਵੇਲੇ ਤੱਕ ਡਾਕਟਰ ਉੱਤੇ ਅਵੇਲੇਬਲ ਨਹੀਂ ਹੈਗੇ ਡਾਕਟਰ ਸਾਹਿਬ ਆਈ ਨਹੀਂ ਕਹਿੰਦੇ ਜਦ ਮੈਂ ਪੁੱਛੋ ਲਾਸਟ ਡੇਟ ਪੌਣੇ 2 ਘੰਟੇ ਕਰ ਰਿਹਾ ਡਾਕਟਰ ਸਾਹਿਬ ਆਉਂਦਾ ਵੇ ਡਾਕਟਰ ਸਾਹਿਬ ਆਉਂਦਾ ਵੇ ਬਲਜੀਤ ਕੌਰ ਹੈ ਕੀ ਲੱਗਦਾ ਮੁੰਡਾ ਤੁਹਾਡਾ ਸਾਡਾ ਬੇਟਾ ਹੀ ਹੈ ਬੇਟਾ ਹੈ ਹਾਂਜੀ ਤੇ ਗੋਲੀ ਕਿੱਥੇ ਲੱਗੀ ਹੈ ਗੋਲੀ ਉਹਨਾਂ ਦੀ ਪਿੱਠ ਸਾਈਡ ਤੇ ਲੱਗੀ ਹੈ ਹਾਂਜੀ ਤੇ ਗੋਲੀ ਲੱਗੀ ਹੈ ਪੁਲਿਸ ਆਈ ਹੈ ਮੌਕੇ ਤੇ ਪੁਲਿਸ ਆ ਰਹੀ ਹੈ ਇਨਕੁਆਰੀ ਹੋ ਰਹੀ ਹੈ ਪੂਰੀ ਪਰ ਡਾਕਟਰ ਨਹੀਂ ਆ ਰਿਹਾ ਹਾਂਜੀ ਪਹਿਲਾਂ ਇਨਕੁਆਰੀ ਹੋ ਰਹੀ ਹੈ ਇਲਾਜ ਬਾਅਦ ਚ ਹੋਊਗਾ ਹਾਂਜੀ ਇਲਾਜ ਨਹੀਂ ਹੋ ਰਿਹਾ ਪਰ ਨਹੀਂ ਹੋ ਰਿਹਾ ਇਲਾਜ ਨਹੀਂ ਤੁਸੀਂ 4:30 ਵਜੇ ਦੇ ਅਸੀਂ ਡਾਕਟਰ ਨੂੰ ਉਡੀਕ ਰਹੇ ਹਾਂ ਪਰ ਕੋਈ ਆਪਰੇਸ਼ਨ ਲਈ ਆ ਹੀ ਨਹੀਂ ਰਿਹਾ ਕੋਈ ਵੀ ਨਹੀਂ ਆ ਰਿਹਾ ਨਹੀਂ ਆ ਰਿਹਾ ਤੇ ਐਡਾ ਵੱਡਾ ਹਸਪੀਟਲ ਦਾ ਨਾਮ ਹੈ ਤੇ ਆਪਰੇਸ਼ਨ ਬਸ ਨਾਮ ਹੀ ਨਾਮ ਹੈ ਕੁਛ ਹਾਂਜੀ ਤੇ ਕਿਤੇ ਤੁਸੀਂ ਰੈਫਰ ਕਿਉਂ ਨਹੀਂ ਕਰਦੇ ਬਈ ਕਿਉਂਕਿ ਇੱਥੇ ਡੀਐਮਸੀ ਨੂੰ ਰੈਫਰ ਹੋਣ ਹੀ ਨਹੀਂ ਦੇ ਰਹੇ ਬਸ ਆ ਰਿਹਾ ਟ੍ਰੈਫਿਕ 'ਚ ਫਸੇ ਹੋਏ ਆ ਡਾਕਟਰ ਦਾ ਸਾਨੂੰ ਨਾਮ ਨਹੀਂ ਪਤਾ ਚਲੋ ਮੇਰੇ ਨਾਲ ਦੱਸੋ ਕਿਹੜੇ ਡਾਕਟਰ ਬੁਲਾਓ ਬੁਲਾਓ ਕਿਹੜੇ ਡਾਕਟਰ ਬੁਲਾਓ ਬੁਲਾਓ ਡਾਕਟਰ ਕਿਹੜੇ ਬੁਲਾਓ 4:30 4:30 ਦਾ ਮਰੀਜ਼ ਗੋਲੀ ਨਹੀਂ ਕੱਢੀ ਅਜੇ ਤੱਕ ਦੱਸੋ ਹੀ ਕਿਹੜਾ ਡਾਕਟਰ ਦੇਖੋ ਜੀ ਅਜੇ ਤੱਕ ਡਾਕਟਰ ਨਹੀਂ ਆਇਆ ਹਸਪੀਟਲ ਦੇ ਵਿੱਚ ਸਾਨੂੰ ਅਸੀਂ ਇੰਨਾ ਜ਼ੋਰ ਪੈ ਰਿਹਾ ਕੋ ਸਾਨੂੰ ਭੱਜ ਭੱਜ ਪੈ ਰਹੇ ਨੇ ਆ ਜਾਂਦੇ ਅਜੇ ਵੀ ਕਹਿੰਦੇ ਆ ਰਹੇ ਆ ਅਜੇ ਵੀ ਕਹਿ ਰਹੇ ਆ ਰਹੇ ਅਜੇ ਵੀ ਕਹਿ ਰਹੇ ਆ ਰਹੇ ਡਾਕਟਰ ਇੰਨਾ ਕਿੰਨੀ ਕੁ ਦੂਰੋਂ ਆਣੇ ਜਿਹੜੇ ਇੰਨੇ ਪੇਸ਼ੈਂਟ ਇੰਨੇ ਟ੍ਰੈਫਿਕ ਦੇ ਵਿੱਚ ਰੈਫਰ ਕਿਉਂ ਨਹੀਂ ਕਰਦੇ ਤੁਸੀਂ ਗਰੀਬ ਲੈ ਕੇ ਚੱਕਣ ਨਹੀਂ ਦੇ ਰਹੇ ਸਾਨੂੰ ਇੱਦਾਂ ਦੀ ਕਿਹੜੀ ਗੱਲ ਹੈ ਉਹਨਾਂ ਨੇ ਸਾਨੂੰ ਪਹਿਲਾਂ ਕਿਹਾ ਕਰੀਨਿੰਗ ਕਰਾਓ ਨਹੀਂ ਜਦੋਂ ਡੈਥ ਹੋ ਗਈ ਉਦੋਂ ਚੱਕੋਗੇ ਉਹੀ ਤਾਂ ਹੈ ਜੇ ਸਾਡੇ ਪੇਸ਼ੈਂਟ ਨੂੰ ਕੁਝ ਹੋ ਗਿਆ ਪਰ ਜ਼ਿੰਮੇਵਾਰ ਇਹ ਹੋਣਗੇ ਨਹੀਂ ਜਦੋਂ ਉਹਨੂੰ ਡੈਥ ਹੋ ਗਈ ਉਦੋਂ ਇਹ ਕਰਨਗੇ ਇਲਾਜ ਉਦੋਂ ਅੱਗੋ ਸਾਨੂੰ ਵੀ ਡਾਕਟਰ ਭੱਜ ਭੱਜ ਪੈ ਰਹੇ ਨੇ ਆ ਡਾਕਟਰ ਨੂੰ ਬੁਲਾਓ ਕਿੱਥੇ ਆ ਜਲਦੀ ਕਿਹੜੇ ਡਾਕਟਰ ਨੇ ਕੌਣ ਕਰਦੀਆਂ ਭਾਜੀ 4:30 ਵਜੇ ਦਾ ਮਾਮਲਾ ਹੈਗਾ ਭਾਜੀ ਭਾਜੀ 4:30 ਵਜੇ ਦਾ ਮਾਮਲਾ ਦੱਸੋ ਡਾਕਟਰ ਕਿਉਂ ਨਹੀਂ ਆਇਆ ਪਹਿਲਾਂ ਤੁਸੀਂ ਮੀਡੀਆ ਨੂੰ ਅੰਦਰ ਨਹੀਂ ਵੜਨ ਦਿੱਤੇ ਉਸ ਤੋਂ ਬਾਅਦ ਧੱਕੇ ਮਾਰਦੇ ਹੋ ਮੀਡੀਆ ਨੂੰ ਫਿਰ ਤੁਸੀਂ ਕਹਿੰਦੇ ਡਾਕਟਰ ਅਜੇ ਤੱਕ ਤੁਹਾਡੇ ਕੋਲ ਆਇਆ ਨਹੀਂ ਹੈ पेशेंट का सिटी स्कैन हो गया है ठीक है अभी मेरे डॉक्टर से बात हुई है डॉक्टर वाटा ऑन द वे ठीक है वो आ रहे और सर मैं मैनेजर ऑन ड्यूटी मेरी बात सुनो गोली का मसला है गोली का मसला है जो फर्स्ट एड करना है जैसे हमने सिटी स्कैन कर लिया सिटी स्कैन में पता चल गया सर सर एक मेरी बात सुनिए सिटी स्कैन में पता चल गया कि गोली कहाँ पे है ठीक है
डॉक्टर माटस को ऑलरेडी बता दिया है, वो आ रहे हैं ऑन द वे। सर कितने घंटे हो गए गोली लगे को? सर यहाँ पे पेशेंट 5:30 बजे आया। 5:30 सर डॉक्टर की ये ड्यूटी नहीं ना आती, देखो कि 4:30-5:15 बजे वो बता रहे हैं, तो अभी 8:30 बजे भी डॉक्टर एक मिनट सर प्लीज आप पहले फोन ये अच्छा की गल बात हुई थी सर उत्ते गोली मारने च गोली शूटर गन शूट हुई है गन शूट हुई है गन शूट हुई है हाँ जी पिछों दी हुई है वार है पिछों दी अच्छा किधर वो लोग कितना क्या पता लगे पता नहीं मैंने कौन सी के हो अच्छा तो कैश कितना ही करोगे कैश पर ये 3 लाख 3 लाख कर भी नहीं भाजी मैं तो उन्होंने पिछे पिछे गया वहाँ मैं जीवन नगर चौंक तो भी उधर वीर पैलेस वाल गया उत्तर पुलिस की गड्डी खड़ी उन्होंने मैं कहा भी मेरे को खो हो गई है भी वो फिर मगर गए मेरे नाल मैं एंड तो मुकेश स्वीट तो भी अगे जाके खड़ गया उत्थे जाके उत्तों मेरा मोटरसाइकिल नहीं चलिया अच्छा पुलिस गेड़े मारती पी सी देखती पी सी ये भाजी है वह 3:30-3:30 के बीच की गल है ਇਹ ਭਾਅ ਜੀ ਮੈਂ ਆ ਗਿਆ ਸੀ ਇੱਥੇ ਮੈਨੂੰ ਇੰਨਾ ਕੁ ਟਾਈਮ ਸੀਗਾ 4:30-5:30 ਦਾ ਬਸ ਐਕਸਰੇ ਉਕਸਰੇ ਕੀਤੇ ਆ ਹਜੇ ਤਾਂ ਬਸ ਇੱਥੇ ਹੀ ਬੈਠਾ ਵਾਂ ਐਕਸਰੇ ਕੀਤੇ ਇਹਨਾਂ ਨੇ ਕੀ ਨਾਮ ਆ ਤੁਹਾਡਾ ਅਜੇ ਠੀਕ ਆ ਤੇ ਗੋਲੀ ਕਿੱਥੋਂ ਮਾਰੀ ਗਈ ਸੀ ਤੁਹਾਡੇ ਗੋਲੀ ਇੱਥੋਂ ਮਾਰੀ ਆ ਪਿੱਛੋਂ ਦੀ ਨਹੀਂ ਸੁਣੋ ਸਰ ਪੇਸ਼ੈਂਟ ਆਏ 5:02 ਤੇ ਹੋਸਪਿਟਲ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਪੇਸ਼ੈਂਟ ਦੀ ਸੀਟੀ ਸਕੈਨ ਹੋਈ ਹੈ ਬਲੱਡ ਇਨਵੈਸਟੀਗੇਸ਼ਨ ਭੇਜੀਆਂ ਗਈਆਂ ਨੇ ਠੀਕ ਹੈ ਪੂਰਾ ਵਰਕਅਪ ਹੋਇਆ ਪੇਸ਼ੈਂਟ ਬਿਲਕੁਲ ਹੀਮੋਡਾਇਨਮਿਕਲੀ ਬਿਲਕੁਲ ਸਟੇਬਲ ਹੈ ਸਰ ਗੋਲੀ ਬਿਲਕੁਲ ਹੀ ਬਾਹਰ ਪਈ ਹੈ ਇਸ ਸਮੇਂ ਬਟ ਉਹਨਾਂ ਨੂੰ ਕੱਢਣ ਦੇ ਵਿੱਚ ਜੋ ਵੀ ਹੈ ਡਿਬਰਾਈਡਮੈਂਟ ਹੋਣੀ ਹੈ ਓਟੀ ਦੇ ਵਿੱਚ ਜਾ ਕੇ ਪ੍ਰੋਸੀਜਰ ਹੋਏਗਾ ਕੋਈ ਡਾਕਟਰਾਂ ਦੀ ਟੀਮ ਨਹੀਂ ਹੈ ਸਰ ਮੇਰੀ ਗੱਲ ਇੱਦਾਂ ਦਾ ਤੁਸੀਂ ਨਹੀਂ ਇੱਦਾਂ ਦੀ ਬਿਲਕੁਲ ਗੱਲ ਨਹੀਂ ਅਸੀਂ ਪੂਰਾ ਇਵੈਲਿਊਏਟ ਕਰ ਚੁੱਕੇ ਹਾਂ ਪੇਸ਼ੈਂਟ ਨੂੰ ਪੇਸ਼ੈਂਟ ਬਿਲਕੁਲ ਹੀਮੋਡਾਇਨਮਿਕਲੀ ਬਿਲਕੁਲ ਸਟੇਬਲ ਹੈ ਬਿਲਕੁਲ ਵੀ ਖਤਰੇ ਵਾਲੀ ਕੋਈ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਪੇਸ਼ੈਂਟ ਦੀ ਸੀਟੀ ਸਕੈਨ ਹੋਈ ਹੈ ਪੇਸ਼ੈਂਟ ਦੀ ਸੀਟੀ ਸਕੈਨ ਹੋਈ ਹੈ ਬਿਲਕੁਲ ਨਾਰਮਲ ਹੈ ਕੋਈ ਵੀ ਆਰਗਨ ਕੋਈ ਵੀ ਜੋ ਮੇਜਰ ਆਰਗਨਸ ਨੇ ਕੋਈ ਪਰਫੋਰੇਸ਼ਨ ਨਹੀਂ ਹੈ ਕਿਸੇ ਪਾਸੇ ਕੋਈ ਬਲੀਡ ਨਹੀਂ ਹੈ ਤਾਂ ਪੇਸ਼ੈਂਟ ਬਿਲਕੁਲ ਹੀਮੋਡਾਇਨਮਿਕਲੀ ਬਿਲਕੁਲ ਸਟੇਬਲ ਹੈ ਜਿੱਦਾਂ ਪੇਸ਼ੈਂਟ ਦੀ ਸੀਟੀ ਸਕੈਨ ਹੋਈ ਹੈ ਅਸੀਂ ਕੰਸਲਟੈਂਟ ਨੂੰ ਤੁਰੰਤ ਇਨਫੋਰਮ ਕਰਤਾ ਉਹਨਾਂ ਲਈ ਗੱਡੀ ਜਾ ਚੁੱਕੀ ਸੀ ਉਹ ਆਨ ਦਾ ਵੇ ਨੇ ਗੱਲ ਇਹ ਹੈ ਵੀ ਹਾਂਜੀ ਦੇਖੋ ਇਲਾਜ ਤਾਂ ਸਰ ਜਦੋਂ ਪੇਸ਼ੈਂਟ ਆ ਹੀ ਗਿਆ ਤੁਰੰਤ ਕਰਤਾ ਸੀ ਪੇਸ਼ੈਂਟ ਦੀ ਪੂਰੀ ਐਂਟੀਬਾਇਓਟਿਕਸ ਜਾ ਚੁੱਕੀਆਂ ਨੇ ਪੇਸ਼ੈਂਟ ਨੂੰ ਜੋ ਸਪੋਰਟਿਵ ਟ੍ਰੀਟਮੈਂਟ ਬੰਦਾ ਸਾਰਾ ਕੁਝ ਦੇ ਚੁੱਕੇ ਆ ਠੀਕ ਹੈ ਮੇਰੀ ਗੱਲ ਕਰ ਰਹੇ ਕਾ ਪਲੀਜ਼ ਇੱਕ ਮੌਕਾ ਨਾ ਦੇ ਯਾਰ ਕਰਨ ਨੂੰ ਮੈਂ ਕਹਿੰਦਾ ਬਾਹਰ ਕਰੋ ਯਾਰ ਅਮਨ ਬਾਹਰ ਸਾਰਾ ਜੀ ਆਪਣੀ ਗੱਲ ਦਾ ਡਾਕਟਰ ਸਾਹਿਬ ਨਾਲ ਬਾਹਰ ਆ ਜੀ ਇਲਾਜ ਸਾਰਾ ਕੁਝ ਮੇਰੀ ਗੱਲ ਸੁਣੋ ਮੇਰਾ ਨਾਮ ਡਾਕਟਰ ਰਮਨਦੀਪ ਹੈ ਠੀਕ ਹੈ ਸਾਰਾ ਇਲਾਜ ਪੇਸ਼ੈਂਟ ਦਾ ਹੋ ਚੁੱਕਿਆ ਸਾਰਾ ਪੇਸ਼ੈਂਟ ਦਾ ਇਲਾਜ ਹੋ ਚੁੱਕਿਆ Subscribe to our YouTube channel News DNN by clicking the bell icon. Don't forget to like, comment and share.